ਆਵਾਜ਼ ਕੌਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਸਨੀ ਮਾਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਸੀਂ ਅੱਜ ਪਹੁੰਚੇ ਹਾਂ ਪਿੰਡ ਮੀਰਪੁਰ ਖੁਰਦ, ਇੱਥੇ ਦਾ ਇੱਕ ਪਰਿਵਾਰ ਸੀਗਾ ਜਿਨ੍ਹਾਂ ਦੇ ਘਰ ਦੀ ਬਹੁਤ ਹੀ ਖਸਤਾ ਹਾਲਤ ਸੀਗੀ। ਪਿੰਡ ਰਾਏਪੁਰ ਦੇ ਰਹਿਣ ਵਾਲੇ ਵੀਰ ਅੰਮ੍ਰਿਤ ਸਿੱਧੂ ਦਾ ਜਨਮ ਦਿਨ ਸੀਗਾ, ਉਹਨਾਂ ਨੇ ਪ੍ਰਣ ਕੀਤਾ ਸੀ ਵੀ ਆਪਣੇ ਜਨਮ ਦਿਨ 'ਤੇ ਇਹਨਾਂ ਨੂੰ ਕਮਰਾ ਪਵਾ ਕੇ ਦੇਣਾ। ਉਹ ਥੋੜ੍ਹਾ ਕੰਪਲੀਟ ਹੋ ਚੁੱਕਿਆ, ਬਾਕੀ ਅਜੇ ਹੋਰ ਵੀ ਪਰਿਵਾਰ ਦੀ ਜਿਹੜੀ ਜ਼ਿਆਦਾ ਖਸਤਾ ਹਾਲਤ ਹੋਣ ਕਰਕੇ ਇਹਨਾਂ ਨੂੰ ਬਹੁਤ ਲੋੜਾਂ ਅਜੇ ਅਧੂਰੀਆਂ ਨੇ। ਇਹਨਾਂ ਦੀ ਚਾਰ ਦੀਵਾਰੀ ਨਹੀਂ ਅਜੇ ਬੱਝੀ ਹੋਈ, ਹੋਰ ਵੀ ਮਤਲਬ ਕੋਈ ਖਰਚਾ ਦਿਹਾੜੀਦਾਰ ਸੀ ਜਿਹੜੇ ਆਪਣੇ ਇਹਨਾਂ ਦੇ ਵਾਈਫ ਨੇ ਅਤੇ ਉਹ ਹੈਂਡੀਕੈਪ ਨੇ, ਇਹਨਾਂ ਦਾ ਬੱਚਾ ਹੈਂਡੀਕੈਪਟ ਹੈ ਅਤੇ ਮਤਲਬ ਕਹਿ ਸਕਦੇ ਹਾਂ ਕਿ ਬਹੁਤ ਜ਼ਿਆਦਾ ਕਮਜ਼ੋਰ ਸਥਿਤੀ ਦਾ ਪਰਿਵਾਰ ਹੈ ਅਤੇ ਅਸੀਂ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਾਵਾਂਗੇ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ। ਇਹ ਆਪਣਾ ਜਿਹੜਾ ਆਪਾਂ ਦੇਖਿਆ ਜੀ ਆਪਣਾ ਘਰ ਦੀ ਹਾਲਤ ਥੋੜ੍ਹੀ ਕਮਜ਼ੋਰ ਸੀਗੀ ਅਤੇ ਤੁਸੀਂ ਪਾ ਜਾਓ ਆਪਣਾ ਬੱਚਾ ਪਾ ਜਾ ਅਤੇ ਘਰ ਦਾ ਗੁਜ਼ਾਰਾ ਕਿਵੇਂ ਚੱਲ ਰਿਹਾ ਜੀ? ਕਿਵੇਂ ਚੱਲਣਾ ਜੀ, ਬਹੁਤ ਗਰੀਬ। ਕੀ ਕਾਰੋਬਾਰ ਕੀ ਹੈ ਮਤਲਬ ਜੀ ਆਪਣਾ, ਮਤਲਬ ਕੰਮ ਕੀ ਕਰਦੇ ਨੇ? ਕੰਮ ਜੀ ਹੁਣ ਤਾਂ 3 ਮਹੀਨੇ ਵੀ ਹੋ ਗਏ ਪਹਿਲੇ। ਅੱਛਾ, ਪਹਿਲਾਂ ਕਰਦੇ ਚੱਕੀ ਦੇ ਲਈ। ਅੱਛਾ ਜੀ, ਹੁਣ ਕੋਈ ਨਹੀਂ, ਮਸਾ ਕਰਦੇ ਆ ਬੱਚਾ ਦਾ ਸੰਸ ਥੋੜ੍ਹਾ ਨੀਚੀ ਜਾਣ ਜਾਂਦਾ। ਇਹਨਾਂ ਦਾ ਕੋਈ ਇਲਾਜ ਕਰਵਾਇਆ ਜਾ? ਗਰੀਬ ਆ ਜੀ, ਬਾਹਰ ਕਿੱਥੋਂ ਇਲਾਜ ਕਰਾ ਲਵਾਂਗੇ? ਇਲਾਜ ਹੋ ਸਕਦਾ ਵੈਸੇ? ਹੋ ਸਕਦਾ ਨਾ ਜੀ, ਡਾਕਟਰ ਨੂੰ ਦਿਖਾਇਆ ਸੀ, ਉਹਨੇ ਦੱਸਿਆ ਵੀ ਇਹਨਾਂ ਦੀ ਠੀਕ ਨਹੀਂ ਹੋ ਸਕਦਾ। ਦਿਖਾਇਆ ਨਹੀਂ ਸਕਦਾ, ਇਹ ਕਮਰਾ ਤਾਂ ਪਵਾਤਾ ਵੀਰਾਂ ਨੇ। ਹਾਂਜੀ, ਅਤੇ ਸਾਡਾ ਬਹੁਤ ਗਰੀਬੀ ਸੀਗੀ। ਅੱਛਾ, ਅਤੇ ਜੂਨ ਵਗੈਰਾ ਬਹੁਤ ਔਖਾ ਹੋ ਗਿਆ। ਠੀਕ ਹੈ, ਇਹ ਪੂਰਾ ਹੋ ਗਿਆ ਕੰਮ ਕਮਰੇ ਦਾ? ਰਹਿੰਦਾ ਜੀ। ਅੱਛਾ, ਅਜੇ ਮਤਲਬ ਅਧੂਰਾ ਇਹਦਾ ਕੰਮ। ਸਤਿ ਸ਼੍ਰੀ ਅਕਾਲ ਜੀ। ਵੀਡੀਓ ਦੇ ਵਿੱਚ ਤੁਹਾਨੂੰ ਬਹੁਤ ਲੋਕ ਦੇਖ ਰਹੇ ਨੇ, ਤੇ ਤੁਸੀਂ ਕੀ ਮੰਗ ਕਰਦੇ ਹੋ, ਤੁਹਾਡੀ ਕੀ ਹੈਲਪ ਹੋਵੇ? ਅਸੀਂ ਤਾਂ ਇਹ ਕਹਿੰਦੇ ਹਾਂ ਜੀ ਸਾਡਾ ਕੰਮ ਹੋਰ ਹੋਣਾ ਚਾਹੀਦਾ। ਅੱਛਾ ਜੀ, ਹਾਂ, ਇਹ ਕੀ ਮਤਲਬ ਕੀ ਅਧੂਰਾ ਕੀ ਹੈ? ਤੇ ਚਾਰ ਦੀਵਾਰੀ ਚਾਹੀਦੀ ਹੈ ਜੀ। ਅੱਛਾ ਜੀ, ਤੇ ਇੱਕ ਇਹਦਾ ਕੰਮ ਜ਼ਰੂਰੀ ਹੋਣਾ ਚਾਹੀਦਾ। ਠੀਕ ਹੈ, ਮਤਲਬ ਕੰਮ ਤੁਹਾਡਾ ਕੰਪਲੀਟ ਹੋ ਜਾਵੇ? ਹਾਂ, ਕੰਪਲੀਟ ਹੋ ਜਾਵੇ। ਫੋਨ ਤੋਂ ਲਾਈਵ ਹੋ ਰਹੇ ਨੇ, ਬਣੀ ਵਾਲੇ।